ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਸਿਰਫ ਤੇ ਸਿਰਫ ਆਪਾਂ ਲਾਈਟਸ ਨੂੰ ਹੀ ਕਵਰ ਕਰਾਂਗੇ ਮੈਂ ਟਰਾਈ ਕਰ ਰਿਹਾ ਸੀਗਾ ਕਿ ਆਪਾਂ ਟੈਸਟ ਦੇ ਨਾਲ ਨਾਲ ਲਾਈਟਸ ਨੂੰ ਕਵਰ ਕਰੀਏ ਲੇਕਿਨ ਵੀਡੀਓਜ਼ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤਾਂ ਮੈਨੂੰ ਸਿਗਾ ਇੱਕ ਇੱਕ ਵੀਡੀਓ ਆਪਾਂ ਸਿਰਫ ਲਾਈਟਸ ਉੱਪਰ ਬਣਾ ਦਿੰਨੇ ਆ ਤਾਂ ਕਿ ਇੱਕ ਟੈਸਟ ਦੀ ਵੀਡੀਓ ਜਿਆਦਾ ਲੰਬੀ ਨਾ ਹੋਵੇ ਔਰ ਜੇ ਕਿਸੇ ਨੇ ਵੀ ਵੀਰ ਪੈਨੇ ਦੇਖਣੀ ਹੋਵੇ ਲਾਈਟਸ ਦੀ ਮਤਲਬ ਕਨਫਿਊਜ਼ਨ ਦੂਰ ਕਰਨੀ ਹੋਵੇ ਤਾਂ ਸਿਰਫ ਮਤਲਬ ਉਹ ਇਹ ਵੀਡੀਓ ਦੇਖ ਕੇ ਆਪਣੀ ਕਨਫਿਊਜ਼ਨ ਦੂਰ ਕਰ ਸਕਦਾ ਠੀਕ ਹੈ ਜੀ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਮਤਲਬ ਇੱਕ ਕਾਰ ਦੇ ਵਿਦਆਉਟ ਮਤਲਬ ਔਨ ਕੀਤਿਆਂ ਲਾਈਟਸ ਨੂੰ ਫੋਟੋ ਲਈ ਹੈਗੀ ਹੈ ਤੇ ਆਪਾਂ ਮਾਰਕ ਕੀਤਾ ਹੈਗਾ ਉਸ ਸਾਬ ਨਾਲ ਮਤਲਬ ਆਪ ਮੈਂ ਤੁਹਾਨੂੰ ਦੱਸੀ ਜਾਊਂਗਾ ਲਾਈਟਸ ਆਈ ਹੋਪਸ ਤੁਹਾਨੂੰ ਆਈਡੀਆ ਲੱਗ ਜਾਏਗਾ ਨਹੀਂ ਤਾਂ ਅਗਰ ਨੈਕਸਟ ਵੀਡੀਓ ਦੇ ਵਿੱਚ ਮੈਂ ਹਰ ਇੱਕ ਲਾਈਟ ਨੂੰ ਮਤਲਬ ਜੱਗੀ ਹੋਈ ਨੂੰ ਤੇ ਫਿਰ ਮਤਲਬ ਤੁਹਾਨੂੰ ਜਗਾ ਕੇ ਸ਼ਾਇਦ ਹੋਰ ਜ਼ਿਆਦਾ ਕਲੀਅਰ ਹੋ ਜਾਏ ਅਗਰ ਤੁਹਾਨੂੰ ਫੀਲ ਹੁੰਦਾ ਹੈ ਤਾਂ ਮਤਲਬ ਤੁਹਾਨੂੰ ਲੱਗਦਾ ਹੈ ਕਿ ਅਗਰ ਤੁਹਾਨੂੰ ਇਸ ਵੀਡੀਓ ਚ ਨਹੀਂ ਸਮਝਾਇਆ ਤਾਂ ਤੁਸੀਂ ਕਮੈਂਟ ਚ ਲਿਖ ਸਕਦੇ ਹੋ ਤਾਂ ਫਿਰ ਆਪਾਂ ਉਸ ਵੇ ਨਾਲ ਵੀ ਇੱਕ ਵੀਡੀਓ ਬਣਾ ਦੇਵਾਂਗੇ ਠੀਕ ਹੈ ਜੀ ਕਿਉਂਕਿ ਆਈ ਥਿੰਕ ਸੋ ਕਾਫੀ ਵੀਡੀਓਜ਼ ਦੇ ਵਿੱਚ ਸੌਰੀ ਟੈਸਟ ਦੇ ਵਿੱਚ ਜਿਹੜਾ ਹੈਗਾ ਵਾ ਜਦੋਂ ਲਾਈਟਸ ਬਾਰੇ ਗੱਲ ਹੁੰਦੀ ਹੈ ਸਾਨੂੰ ਕਲੀਅਰ ਨਹੀਂ ਹੁੰਦਾ ਕਿ ਕਿਹੜੀ ਲਾਈਟ ਦੀ ਗੱਲ ਕਰ ਰਿਹਾ ਹੈਗਾ ਤਾਂ ਸਾਨੂੰ ਇੱਕ ਤਰ੍ਹਾਂ ਦਾ ਰੱਟਾ ਹੀ ਮਾਰਨਾ ਪੈਂਦਾ ਲੇਕਿਨ ਅਸੀਂ ਸ਼ੋਰ ਨਹੀਂ ਹੁੰਦੇ ਹਨਾ ਤਾਂ ਨੋ ਡਾਊਟ ਤੁਹਾਡਾ ਮਤਲਬ ਕੁਐਸਚਨ ਕਲੀਅਰ ਸੀਗੇ ਕਿ ਲਾਈਟਸ ਬਾਰੇ ਕਲੀਅਰ ਹੋਣਾ ਚਾਹੀਦਾ ਤਾਂ ਇਸ ਕਰਕੇ ਹੀ ਮੈਂ ਵੀਡੀਓ ਬਣਾ ਰਿਹਾ ਹਾਂ ਤੇ ਚਲੋ ਕਰਦੇ ਹਾਂ ਜੀ ਸਟਾਰਟ ਬਿਨਾ ਕਿਸੇ ਦੇਰੀ ਤੋਂ ਇੱਕ ਨੰਬਰ ਤੇ ਜਿਹੜੀ ਲਾਈਟ ਹੈਗੀ ਹੈ ਉਹ ਹੈਗੀ ਹੈ ਸਾਡੀ ਫਰੰਟ ਪੋਜੀਸ਼ਨ ਲਾਈਟ ਕੁਐਸਚਨ ਵਿੱਚ ਆਪਾਂ ਜਿਵੇਂ ਪੋਜੀਸ਼ਨ ਲਾਈਟਸ ਸੀ ਹੁੰਦੀਆਂ ਲੇਕਿਨ ਆਪਾਂ ਇੱਥੇ ਕਹਾਂਗੇ ਕਿ ਫਰੰਟ ਵਾਲੇ ਪਾਸੇ ਮਤਲਬ ਸਾਹਮਣੇ ਵਾਲੇ ਪਾਸੇ ਸਾਡੀ ਜਿਹੜੀ ਪੋਜੀਸ਼ਨ ਲਾਈਟ ਹੈ ਉਹ ਹੈਗੀ ਹੈ ਠੀਕ ਹੈ ਜੀ ਤਾਂ ਇਸੇ ਪੋਜੀਸ਼ਨ ਲਾਈਟ ਨੂੰ ਜਦੋਂ ਗੱਡੀ ਖੜੀ ਹੋਵੇ ਪਾਰਕਿੰਗ ਲਾਈਟ ਦੇ ਤੌਰ ਤੇ ਵੀ ਯੂਜ਼ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਡੇ ਕੋਲ ਦੋ ਨੰਬਰ ਜਿਹੜੀ ਹੈਗਾ ਵਾ ਲਾਈਟ ਹੈਗੀ ਹੈ ਡਿਪਡ ਹੈਡਲਾਈਟ ਜਾਂ ਫਿਰ ਲੋ ਬੀਮ ਹੈਡਲਾਈਟ ਇਹ ਇੱਕ ਤਰ੍ਹਾਂ ਦੀ ਸਾਡੀ ਜਿਹੜੀ ਹੈਗੀ ਹੈ ਲਾਈਟ ਜਿਹਨੂੰ ਕਿ ਅਸੀਂ ਨਾਰਮਲ ਵਰਤਦੇ ਹੈਗੇ ਆ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਜਾਂ ਫਿਰ ਜਦੋਂ ਰੋਸ਼ਨੀ ਘਟ ਜਾਂਦੀ ਹੈਗੀ ਹੈ ਬਾਹਰ ਉਸ ਟਾਈਮ ਦੇ ਉੱਪਰ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤਿੰਨ ਨੰਬਰ ਸਾਡੇ ਕੋਲ ਜਿਹੜੀ ਲਾਈਟ ਹੈਗੀ ਹੈ ਉਹ ਹੈਗੀ ਹੈ ਹਾਈ ਬੀਮ ਹੈਡਲਾਈਟ ਜਾਂ ਫਿਰ ਮੇਨ ਬੀਮ ਹੈਡਲਾਈਟ ਵੀ ਬੋਲਿਆ ਜਾਂਦਾ ਹੈਗਾ ਇਹਨੂੰ ਔਰ ਜਾਂ ਫਿਰ ਇਹਦਾ ਥਰਡ ਨੇਮ ਵੀ ਕਈ ਵਾਰ ਯੂਜ਼ ਹੁੰਦਾ ਹੈ ਕਈ ਐਪਸ ਦੇ ਵਿੱਚ ਲੌਂਗ ਰੇਂਜ ਹੈਡਲਾਈਟ ਠੀਕ ਹੈ ਤਾਂ ਇਹ ਮਤਲਬ ਤਿੰਨਾ ਮਤ ਇਹਨੂੰ ਬੋਲਿਆ ਜਾਂਦਾ ਹੈਗਾ ਇਹ ਲਾਈਟ ਆਪਾਂ ਉਦੋਂ ਯੂਜ਼ ਕਰਦੇ ਜਦੋਂ ਰੋਸ਼ਨੀ ਬਹੁਤ ਹੀ ਮਤਲਬ ਘੱਟ ਹੋਵੇ ਔਰ ਸਾਨੂੰ ਜਿਹੜੀਆਂ ਆਪਣੀ ਲੋ ਬੀਮ ਹੈਡਲਾਈਟਸ ਹੈਗੋ ਉਹਨਾਂ ਨਾਲ ਵੀ ਸੜਕ ਸਹੀ ਤਰੀਕੇ ਨਾਲ ਨਾ ਦੇਖੇ ਤਾਂ ਆਪਾਂ ਫਿਰ ਇਹ ਹਾਈ ਬੀਮ ਹੈਡਲਾਈਟਸ ਯੂਜ਼ ਕਰਦੇ ਹੈਗੇ ਆ ਬਟ ਇਹ ਧਿਆਨ ਰੱਖਣਾ ਕਿ ਇਹ ਲਾਈਟਸ ਨੂੰ ਅਸੀਂ ਇਨ ਟਾਊਨ ਜਾਂ ਬਿਲਟ ਅਪ ਏਰੀਆ ਜਾਂ ਫਿਰ ਕ੍ਰਾਸ ਟਾਊਨ ਰੋਡ ਹੈ ਜਿਹੜੇ ਉਹਨਾਂ ਦੇ ਉੱਪਰ ਨਹੀਂ ਵਰਤ ਸਕਦੇ ਹੈਗੇ ਜਿਹੜੀਆਂ ਇਹ ਲਾਈਟਸ ਹੈਗੀਆਂ ਵਾ ਹਾਈ ਬੀਮ ਹੈਡਲਾਈਟਸ ਠੀਕ ਹੈ ਜੀ ਮੈਂ ਵਾਰ-ਵਾਰ ਇਹਨਾਂ ਦੇ ਤਿੰਨੇ ਨਾਮ ਨਹੀਂ ਲਵਾਵਾਂਗਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਾ ਕਿ ਇਹਨਾਂ ਨੂੰ ਮੇਨ ਬੀਮ ਹੈਡਲਾਈਟਸ ਵੀ ਬੋਲ ਦਿੰਦੇ ਆ ਜਾਂ ਫਿਰ ਲੌਂਗ ਰੇਂਜ ਹੈਡਲਾਈਟਸ ਵੀ ਬੋਲ ਦਿੰਦੇ ਹੈਗੇ ਆ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਸਾਡੇ ਕੋਲ ਹੈਗੀ ਹੈ 4 ਨੰਬਰ ਡਾਇਰੈਕਸ਼ਨ ਇੰਡੀਕੇਟਰ ਡਾਇਰੈਕਸ਼ਨ ਇੰਡੀਕੇਟਰ ਹੈਗਾ ਵਾ ਕਿ ਜਿਹੜਾ ਸਾਡੀ ਦਿਸ਼ਾ ਨੂੰ ਦੱਸਦਾ ਹੈ ਜਦੋਂ ਅਸੀਂ ਮਤਲਬ ਆਪਣੀ ਸਾਈਡ ਚੇਂਜ ਕਰਨੀ ਹੈ ਮਤਲਬ ਆਪਾਂ ਖੱਬੇ ਨੂੰ ਜਾਣਾ ਹੈ ਤਾਪਾ ਖੱਬੇ ਦਾ ਖੱਬੇ ਦਾ ਇੰਡੀਕੇਟਰ ਦਵਾਵਾਂਗੇ ਜਾਂ ਖੱਬੇ ਵਾਲੀ ਲਾਈਟ ਚ ਗਾਵਾਂਗੇ ਜਾਂ ਸੱਜੇ ਨੂੰ ਜਾਣਾ ਹੈ ਤਾਂ ਸੱਜੇ ਵਾਲਾ ਇੰਡੀਕੇਟਰ ਤਾਂ ਇਹ ਜਿਹੜਾ 4 ਨੰਬਰ ਤੇ ਹੈ ਸਾਡਾ ਡਾਇਰੈਕਸ਼ਨ ਇੰਡੀਕੇਟਰ ਠੀਕ ਹੈ ਜੀ ਅ ਉਸ ਤੋਂ ਬਾਅਦ ਹੈ ਸਾਡੇ ਕੋਲ 5 ਨੰਬਰ ਦੇ ਉੱਪਰ ਫਰੰਟ ਫੌਗ ਲਾਈਟ ਮਤਲਬ ਕਿ ਸਾਹਮਣੇ ਵਾਲੀ ਧੁੰਦ ਵਾਲੀ ਲਾਈਟ ਜਿਹੜੀ ਕਿ ਅਸੀਂ ਧੁੰਦ ਵਗੈਰਾ ਦੇ ਵਿੱਚ ਜਾਂ ਫਿਰ ਜਦੋਂ ਵਿਜ਼ਿਬਿਲਟੀ ਜਾਂ ਫਿਰ ਅ metrological ਜਿਹੜੇ ਹੈਗੇ ਆ ਉਦੋਂ ਮਤਲਬ ਸਾਡੀ ਸਰਕਮਸਟੈਂਸਸ ਵਿਜ਼ਿਬਿਲਟੀ ਘਟਾ ਦਿੰਦੇ ਆ ਤਾਂ ਅਸੀਂ ਇਹਨੂੰ ਯੂਜ਼ ਕਰਦੇ ਹੈਗੇ ਆ ਫਰੰਟ ਫੌਗ ਲਾਈਟ ਨੂੰ ਠੀਕ ਹੈ ਜੀ 6 ਨੰਬਰ ਲਾਈਟ ਹੈ ਸਾਡੇ ਕੋਲ ਡੇ ਟਾਈਮ ਰਨਿੰਗ ਲਾਈਟ ਇਹ ਜਿਹੜੀ ਲਾਈਟ ਹੁੰਦੀ ਆ ਇਹ ਦਿਨ ਦੇ ਸਮੇਂ ਵੀ ਜਗ ਦੇਂਦੀ ਹੈ ਤਾਂ ਕਿ ਤੁਹਾਡੀ ਗੱਡੀ ਬਾਰੇ ਪਤਾ ਲੱਗਦਾ ਰਹੇ ਕਿ ਤੁਹਾਡੀ ਗੱਡੀ ਚੱਲ ਰਹੀ ਆ ਤਾਂ ਇਸ ਨੂੰ ਬੋਲਿਆ ਜਾਂਦਾ 6 ਨੰਬਰ ਵਾਲੀ ਲਾਈਟ ਨੂੰ ਡੇ ਟਾਈਮ ਰਨਿੰਗ ਲਾਈਟ ਹਰ ਇੱਕ ਕਾਰ ਦੇ ਵਿੱਚ ਨਹੀਂ ਹੁੰਦੀ ਲੇਕਿਨ ਫੇਰ ਵੀ ਕਾਫੀ ਕਾਰਾਂ ਦੇ ਵਿੱਚ ਅੱਜਕੱਲ ਇਹ ਆ ਰਹੀ ਹੈਗੀ ਆ ਤਾਂ ਇਸ ਦੇ ਨਾਲ ਹੀ ਮਤਲਬ ਆਪਣੀਆਂ ਫਰੰਟ ਵਾਲੀਆਂ ਲਾਈਟਸ ਇੱਥੇ ਕਵਰ ਹੋ ਗਈਆਂ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਗੱਡੇ ਦੇ ਬੈਕ ਸਾਈਡ ਦੇ ਉੱਪਰ ਹਾਂਜੀ ਬੈਕ ਸਾਈਡ ਦੇ ਉੱਪਰ ਆਪਾਂ ਨੂੰ ਜਿਹੜੀ 1 ਨੰਬਰ ਤੇ ਲਾਈਟ ਹੈਗੀ ਹੈ ਉਹ ਹੈਗੀਆਂ ਰੀਅਰ ਪੋਜੀਸ਼ਨ ਲਾਈਟ ਰੀਅਰ ਪੋਜੀਸ਼ਨ ਲਾਈਟਸ ਜਿਹੜੀਆਂ ਹੈਗੀਆਂ ਮਤਲਬ ਕਿ ਤੁਹਾਡੀ ਜਿਵੇਂ ਆਪਾਂ ਫਰੰਟ ਦੀ ਗੱਲ ਕੀਤੀ ਸੀ ਕਿ ਸਾਹਮਣੇ ਵਾਲੀਆਂ ਪੋਜੀਸ਼ਨ ਲਾਈਟਸ ਉਦਾਂ ਹੀ ਇਹ ਬੈਕ ਵਾਲੀਆਂ ਸਾਡੇ ਗੱਡੀ ਦੇ ਪਿਛਲੇ ਹਿੱਸੇ ਵਾਲੀਆਂ ਪੋਜੀਸ਼ਨ ਲਾਈਟਸ ਹੈਗੀਆਂ ਵਾ ਠੀਕ ਹੈ ਜੀ ਮਤਲਬ ਕਿ ਸਾਡੀ ਇਸ ਗੱਡੀ ਦੀ ਸਥਿਤੀ ਨੂੰ ਦੱਸਣ ਲਈ ਕਿ ਸਾਡੀ ਗੱਡੀ ਆਪਣੀ ਰੋਡ ਦੇ ਉੱਪਰ ਜਾ ਰਹੀ ਹੈ ਤਾਂ ਉਸ ਸਥਿਤੀ ਨੂੰ ਦੱਸਣ ਦੇ ਲਈ ਸਾਡੀਆਂ ਪੋਜੀਸ਼ਨ ਲਾਈਟਸ ਹੁੰਦੀਆਂ ਹੈਗੀਆਂ ਗੱਡੀ ਦੇ ਵਿੱਚ ਠੀਕ ਹੈ ਜੀ 2 ਨੰਬਰ ਜਿਹੜੀ ਸਾਡੇ ਕੋਲ ਲਾਈਟ ਹੈਗੀ ਆ ਬ੍ਰੇਕ ਲਾਈਟਸ ਸੇਮ ਹੀ ਇਸ ਪਾਸਾ ਮਤਲਬ ਦੂਜੇ ਪਾਸੇ ਵੀ ਦੋ ਲਾਈਟਾਂ ਹੁੰਦੀਆਂ ਬੈਕ ਸਾਈਡ ਤੇ ਬ੍ਰੇਕ ਲਾਈਟ ਦੀਆਂ ਤਾਂ ਮਤਲਬ ਇਸੇ ਕੀ ਜਗ੍ਹਾ ਤੇ ਦੂਜੇ ਪਾਸੇ ਵੀ ਜਿਹੜੀ ਹੋਏਗੀ ਲਾਈਟ ਉਹ ਬ੍ਰੇਕ ਲਾਈਟ ਹੋਏਗੀ ਤਾਂ ਜਦੋਂ ਅਸੀਂ ਗੱਡੀ ਦੀਆਂ ਬ੍ਰੇਕਸ ਲਗਾਉਨੇ ਆ ਜਦੋਂ ਅਸੀਂ ਗੱਡੀ ਨੂੰ ਦੀਆਂ ਬ੍ਰੇਕਾਂ ਨਾਪਦੇ ਆ ਤਾਂ ਉਦੋਂ ਜਿਹੜੀਆਂ ਲਾਈਟਾਂ ਜਗਦੀਆਂ ਹੈਗੀਆਂ ਉਹ ਇਹ ਲਾਈਟਾਂ ਹੈਗੀਆਂ ਬ੍ਰੇਕ ਲਾਈਟਸ ਇਹਨਾਂ ਨੂੰ ਬੋਲਦੇ ਹੈਗੇ ਆ ਠੀਕ ਹੈ ਜੀ ਉਸ ਤੋਂ ਬਾਅਦ ਹੈਗੀ ਸਾਡੇ ਕੋਲ 3 ਨੰਬਰ ਲਾਈਟ ਰੀਅਰ ਫੌਗ ਲਾਈਟਸ ਮਤਲਬ ਕਿ ਪਿੱਛੇ ਦੀਆਂ ਗੱਡੀ ਦੇ ਬੈਕ ਵਾਲੇ ਹਿੱਸੇ ਦੀਆਂ ਧੁੰਦ ਵਾਲੀਆਂ ਲਾਈਟਾਂ ਫੌਗ ਲਾਈਟਸਾਂ ਜਿਨ੍ਹਾਂ ਨੂੰ ਕਿ ਅਸੀਂ ਫਿਰ ਦੁਬਾਰਤੋਂ ਜਦੋਂ ਬਹੁਤ ਜ਼ਿਆਦਾ ਮਤਲਬ ਧੁੰਦ ਪਈ ਹੋਵੇ ਜਾਂ ਫਿਰ ਤੁਹਾਨੂੰ ਤੁਹਾਡ ਨੂੰ ਮਤਲਬ ਤੁਹਾਨੂੰ ਲੱਗੇ ਕਿ ਗੱਡੀ ਤੁਹਾਡੀ ਪਿੱਛੋਂ ਦਿਖੂਗੀ ਨਹੀਂ ਕਿਸੇ ਨੂੰ ਤਾਂ ਤੁਸੀਂ ਇਹਨਾਂ ਨੂੰ ਉਦੋਂ ਔਨ ਕਰਨਾ ਹੈਗਾ ਵਾ ਤਾਂ ਇਹਨਾਂ ਨੂੰ ਆਪਾਂ ਬੋਲਦੇ ਹੈਗੇ ਆ ਰੀਅਰ ਫੌਗ ਲਾਈਟਸ ਠੀਕ ਹੈ ਜੀ ਚਾਰ ਨੰਬਰ ਹੈ ਸਾਡੇ ਕੋਲ ਡਾਇਰੈਕਸ਼ਨ ਇੰਡੀਕੇਟਰ ਜਿਵੇਂ ਅਸੀਂ ਫਰੰਟ ਵਿੱਚ ਦੇਖਿਆ ਜਾਏਗਾ ਕਿ ਫਰੰਟ ਡਾਇਰੈਕਸ਼ਨ ਇੰਡੀਕੇਟਰ ਸੀਗਾ ਉਦਾਂ ਹੀ ਸਾਡੇ ਕੋਲ ਇੱਥੇ ਰੀਅਰ ਦੇ ਵਿੱਚ ਵੀ ਡਾਇਰੈਕਸ਼ਨ ਇੰਡੀਕੇਟਰ ਹੈਗੇ ਆ ਮਤਲਬ ਕਿ ਜਿਹੜੇ ਸਾਡੀ ਜਦੋਂ ਅਸੀਂ ਦਿਸ਼ਾ ਚੇਂਜ ਕਰਨੀ ਹੈ ਜਦੋਂ ਅਸੀਂ ਆਪਣੀ ਸਾਈਡ ਚੇਂਜ ਕਰਨੀ ਹੈ ਸੱਜੇ ਖੱਬੇ ਨੂੰ ਤਾਂ ਅਸੀਂ ਉਹਨਾਂ ਨੂੰ ਆਨ ਕਰਦੇ ਹੈਗੇ ਆ ਤਾਂ 4 ਨੰਬਰ ਤੇ ਸਾਡੇ ਕੋਲ ਹੈਗੇ ਆ ਡਾਇਰੈਕਸ਼ਨ ਇੰਡੀਕੇਟਰ ਸੇਮ ਹੀ ਪੋਜੀਸ਼ਨ ਦੇ ਵਿੱਚ ਦੂਜੇ ਪਾਸੇ ਵੀ ਹੰਨਾ ਹੁੰਦਾ ਹੈਗਾ ਵਾ ਜਿੱਥੇ ਹੁਣ 4 ਨੰਬਰ ਤੇ ਆਪਾਂ ਖੱਬੇ ਹੱਥਲਾ ਦੇਖ ਰਹੇ ਹਾਂ ਦੂਜੇ ਪਾਸੇ ਇਸੀ ਜਗ੍ਹਾ ਦੇ ਉੱਪਰ ਸੱਜੇ ਹੱਥਲਾ ਇੰਡੀਕੇਟਰ ਲੱਗਾ ਹੁੰਦਾ ਜਿੱਥੋਂ ਜਿਹਨੂੰ ਅਸੀਂ ਔਨ ਕਰਨਾ ਜਦੋਂ ਅਸੀਂ ਆਪਣੀ ਦਿਸ਼ਾ ਚੇਂਜ ਕਰਨੀ ਹੈਗੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈ ਜੀ ਸਾਡੇ ਕੋਲ 5 ਨੰਬਰ ਲਾਈਟ ਜੋ ਕਿ ਹੈ ਰਿਵਰਸ ਲਾਈਟ ਜੋ ਕਿ ਜਦੋਂ ਅਸੀਂ ਗੱਡੀ ਦਾ ਗੇਅਰ ਚੇਂਜ ਕਰਨਾ ਵਾ ਗੱਡੀ ਨੂੰ ਬੈਕ ਕਰਨ ਨੂੰ ਮਤਲਬ ਕਿ ਅਸੀਂ ਰਿਵਰਸ ਗੇਅਰ ਲਾਉਣਾ ਵਾ ਜਦ ਗੱਡੀ ਦਾ ਬੈਕ ਗੇਅਰ ਲਾਉਣਾ ਵਾ ਤਾਂ ਇਹ ਆਟੋਮੈਟਿਕਲੀ ਹੀ ਜਗ ਜਾਂਦੀ ਹੈ ਵਾਈਟ ਲਾਈਟ ਹੁੰਦੀ ਹੈ ਇਹ ਇੱਥੇ ਵੀ ਆਪਾਂ ਵਾਈਟ ਦੇਖ ਰਹੇ ਜਦੋਂ ਜਗੂਗੀ ਉਦੋਂ ਵੀ ਵਾਈਟ ਹੀ ਹੋਏਗੀ ਤਾਂ ਇਹਨੂੰ ਆਪਾਂ ਰਿਵਰਸ ਲਾਈਟਸ ਜਾਂ ਫਿਰ ਬੈਕ ਲਾਈਟਸ ਬੋਲ ਦਿੰਨੇ ਹੈਗੇ ਆ ਜੋ ਕਿ ਗੱਡੀ ਨੂੰ ਬੈਕ ਕਰਨ ਦੇ ਉੱਪਰ ਜਗਦੀ ਹੈਗੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੈ ਸਾਡੇ ਕੋਲ ਇੱਥੇ ਲਾਸਟ ਲਾਈਟ 3rd ਬ੍ਰੇਕ ਲਾਈਟ ਮਤਲਬ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ 2 ਨੰਬਰ ਦੇ ਉੱਪਰ ਆਪਣੀ ਸੀਗੀ ਬ੍ਰੇਕ ਲਾਈਟਸ ਉਸ ਤੋਂ ਬਾਅਦ ਹੈਗੀ ਹੈ 3rd ਬ੍ਰੇਕ ਲਾਈਟ ਜਿਹੜੀ ਕਿ ਜਦੋਂ ਬ੍ਰੇਕ ਲਾਉਨੇ ਆ ਤਾਂ ਬੈਕ ਤੇ এবੀ ਨਾਲ ਜਗਦੀ ਹੈਗੀ ਹੈ ਬ੍ਰੇਕ ਲਾਈਟਾਂ ਦੇ ਤਾਂ ਇਸ ਕਰਕੇ ਇਹਨੂੰ ਆਪਾਂ ਬੋਲ ਦਿੰਨੇ ਆ 3rd ਬ੍ਰੇਕ ਲਾਈਟ ਤਾਂ ਇਸ ਦੇ ਨਾਲ ਹੀ ਆਪਣੀਆਂ ਇੱਥੇ ਇਹ ਲਾਈਟਸ ਕਲੀਅਰ ਹੁੰਦੀਆਂ ਹੈਗੀਆਂ ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਹਜੇ ਵੀ ਹੋਰ ਡਿਟੇਲ ਵਿੱਚ ਸਮਝਣ ਦੀ ਲੋੜ ਹੈਗੀ ਹੈ ਤਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਇੱਕ-ਇੱਕ ਲਾਈਟ ਦੇ ਉੱਪਰ ਜ਼ਿਆਦਾ ਜ਼ੂਮ ਕਰਕੇ ਦੁਬਾਰਤ ਵੀਡੀਓ ਬਣਾਵਾਂਗੇ ਤਾਂ ਇਸ ਦਿਨ ਲਈ ਆਪਾਂ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਜੀ ਸਿਰਫ ਲਾਈਟਸ ਬਾਰੇ ਹੀ ਵੀਡੀਓ ਸੀਗੀ ਆਈ ਹੋਪ ਸੋ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਇਆ ਹੋਵੇਗਾ ਲਾਈਟਸ ਬਾਰੇ ਔਰ ਅਗਰ ਫਿਰ ਵੀ ਕੋਈ ਲਾਈਟ ਬਾਰੇ ਕਨਫਿਊਜ਼ਨ ਹੈਗੇ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਲਿਖ ਸਕਦੇ ਹੋ ਤਾਂ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਟੈਸ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ ਜੀ